ਇਸ਼ਾ ਦਿਨ ਭਰ ਦੀਆਂ ਖਬਰਾਂ ਦਾ ਏ ਖਾਸ ਬੁਲੇਟਿਨ ਜਿਸ ਦੇ ਵਿੱਚ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ ਫਿਰ ਰਾਸ਼ਟਰੀ ਤੇ ਕਮੰਤਰੀ ਪੱਦਰ ਦੀਆਂ ਖਬਰਾਂ ਦੀ ਪੰਜਾਬ ਦੇ ਵਿੱਚ ਬਿਜਲੀ ਦੇ ਕਟਾਂ ਤੋਂ ਲੋਕ ਹੋਏ ਪਰੇਸ਼ਾਨ ਸੂਬੇ 'ਚ ਲੱਗ ਰਹੇ ਬਿਜਲੀ ਦੇ ਕਟਾਂ ਕਾਰਨ ਲੋਕ ਤਰਾ ਤਰਾ ਕਰ ਰਹੇ ਨੇ। ਚੰਦ ਮਿੰਟ ਬਿਜਲੀ ਸਪਲਾਈ ਆਉਣ ਤੋਂ ਬਾਅਦ ਕਦੇ ਮੈਸੇਜ ਆਉਂਦਾ ਹੈ ਕਿ ਐਨੇ ਘੰਟਿਆਂ ਦਾ ਪਾਵਰ ਕੱਟ ਹੈ ਤੇ ਕਦੇ ਮੈਸੇਜ ਆਉਂਦਾ ਹੈ ਕਿ 66 ਕੇਵੀ ਸਪਲਾਈ ਬੰਦ ਹੈ। ਲਗਾਤਾਰ ਦਿਨ ਰਾਤ ਲੱਗ ਰਹੇ ਬਿਜਲੀ ਕਟਾ ਕਾਰਨ ਲੋਕ ਆਪ ਸਰਕਾਰ ਨੂੰ ਕੋਸ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਸਰਕਾਰ ਅਤੇ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਜਾ ਰਹੇ ਹਨ। 5 ਸਾਲਾਂ 'ਚ ਵਿਧਾਨ ਸਭਾ 'ਚ ਹੋਏ ਭਰਤੀ ਘੁਟਾਲੇ ਦੇ ਹੋਵੇਗੀ ਜਾਂਚ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚ ਭਰਤੀ ਘੁਟਾਲੇ ਦੀ ਜਾਂਚ ਕਰਵਾਉਣ ਜਾ ਰਹੀ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਖੰਧਵਾ ਇਸ ਦੀ ਜਾਂਚ ਕਰਵਾਉਣਗੇ ਇਸ ਦੇ ਲਈ ਹੁਣ ਆਮ ਆਦਮੀ ਪਾਰਟੀ ਦੇ ਸਰਕਾਰ ਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਜਾਵੇਗਾ ਬੈਂਸ ਨੇ ਦਸਤਾਵੇਜ਼ਾਂ ਦੀ ਮਦਦ ਦੇ ਨਾਲ ਇਸ ਦਾ ਪਰਦਾ ਫਾਸ਼ ਕੀਤਾ ਸੀ ਜਿਸ ਚ ਦੱਸਿਆ ਗਿਆ ਕਿ ਵਿਧਾਨ ਸਭਾ ਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ ਹੁਣ ਸਪੀਕਰ ਵੱਲੋਂ ਪਿਛਲੇ 5 ਸਾਲਾਂ 'ਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ ਸਾਬਕਾ ਡੀਪੀ ਸੁਮੇਦ ਸੈਣੀ ਨੂੰ ਮਿਲੀ ਜਮਾਨਤ ਸਾਬਕਾ ਡੀਜੀਪੀ ਸੁਮੇਦ ਸੈਣੀ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਆ ਕੋਟੀ ਦੀ ਖਰੀਦੋਫਰੋਖਤ ਮਾਮਲੇ 'ਚ ਅੰਤਰੀ ਜਮਾਨਤ ਉਹਨਾਂ ਨੂੰ ਮਿਲ ਗਈ ਹੈ। ਮੁਹਾਲੀ ਅਦਾਲਤ ਨੇ ਉਹਨਾਂ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਨਵਜੋਤ ਸਿੱਧੂ ਨੇ ਬੀਲੀ ਨੂੰ ਲੈ ਕੇ ਕੇਰੀ ਮਾਨ ਸਰਕਾਰ ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਇੱਕ ਮੌਕਾ ਆਪ ਨੂੰ ਨਾ ਦਿਨੇ ਲਾਈਟ ਨਾ ਰਾਤ ਨੂੰ। ਇਸ ਦੌਰਾਨ ਉਹਨਾਂ ਨੇ ਸਾਰੇ ਐਸ ਡੀਓ ਅਤੇ ਜੇ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ 'ਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ 'ਚ ਤਲਵੰਡੀ ਸਾਬੋ ਅਤੇ ਜੀਟੀਪੀਸੀ ਰੋਪੜ ਥਰਮਲ ਅਤੇ ਜੁਨਟਾਂ ਦੇ ਖਰਾਬ ਹੋਣ ਸੰਬੰਧੀ ਅਨਾਉਂਸਮੈਂਟਾਂ ਕਰਵਾਉਣ ਕਿ ਉਹਨਾਂ ਦੇ ਥਰਮਲਾਂ ਦੇ ਬੰਦ ਹੋਣ ਨਾਲ ਇੱਕਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਹੁਣ ਗੱਲ ਕਰਾਂਗੇ ਰਾਸ਼ਟਰੀ ਖਬਰਾਂ ਦੀ। ਸੋਨੀਆ ਗਾਂਧੀ ਨੂੰ ਪਾਇਲਟ ਦੀ ਧਮਕੀ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਨ ਪਾਇਲਟ ਨੇ ਕਾਂਗਰਸ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਹੈ ਪਾਇਲਟ ਨੇ ਕਹਿ ਕੇ ਰਾਜਸਥਾਨ ਵਿੱਚ ਜਲਦੀ ਤੋਂ ਜਲਦੀ ਮੁੱਖ ਮੰਤਰੀ ਬੱਲੇ ਜਾਵੇ ਨਹੀਂ ਤਾਂ ਪੰਜਾਬ ਵਰਗੇ ਹਾਲਾਤ ਬਣ ਜਾਣਗੇ ਰਾਜਸਥਾਨ ਦੇ ਵਿੱਚ ਅਸ਼ੋਕ ਗਹਿਲੌਤ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ ਦੱਸ ਦਿੰਦੇ ਨੇ ਕਿ ਐਨਡੀ ਟੈਵੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਸਚਨ ਪਾਇਲਟ ਨੇ ਪਿਛਲੇ ਦਿਨੀ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਬੈਠਕ ਚ ਪਾਇਲਟ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਰਾਜਸਥਾਨ ਵਿੱਚ ਵਾਪਸੀ ਕਰਨੀ ਹੈ ਤਾਂ ਮੁੱਖ ਮੰਤਰੀ ਬਦਲਣਾ ਹੋਵੇਗਾ ਪਾਇਲਟ ਨੇ ਅੱਗੇ ਕਿਹਾ ਕਿ ਇਹ ਕੰਮ ਤੁਰੰਤ ਕੀਤਾ ਜਾਵੇ ਨਹੀਂ ਤਾਂ ਪੰਜਾਬ ਵਰਗੇ ਹਾਲਾਤ ਮੋੜ ਬਣ ਜਾਣਗੇ ਵੈਟ ਘਟਾਉਣ ਤੇ ਮੁੱਖ ਮੰਤਰੀਆਂ ਦਾ ਪ੍ਰਧਾਨ ਮੰਤਰੀ ਤੇ ਜਵਾਬੀ ਹਮਲਾ ਦੇਸ਼ ਪਰਚ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੇ ਵੱਲੋਂ ਬੈਠਕ ਕੀਤੀ ਗਈ ਸੀ ਇਸ ਦੇ ਵਿੱਚ ਉਹਨਾਂ ਨੇ ਸੂਬਿਆਂ ਨੂੰ ਪੈਟਰੋਲ ਤੇ ਡੀਜ਼ਲ ਦੇ ਉੱਪਰ ਵੈਟ ਚ ਕਟੌਤੀ ਕਰਨ ਦੇ ਲਈ ਕਿਹਾ ਸੀ ਪਰ ਇਹ ਸਭ ਨੂੰ ਲੈ ਕੇ ਤੇਲਗਾਨਾ ਦੇ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਰਾਜਾਂ ਨੂੰ ਟੈਕਸ ਘਟਾਉਣ ਦੇ ਲਈ ਕਹਿਣ ਲਈ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਕਿਹਾ ਕਿ ਉਹਨਾਂ ਦੇ ਰਾਜ ਵਿੱਚ 2015 ਤੋਂ ਬਾਅਦ ਬਾਲਨ ਟੈਕਸ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਤੇ ਕੇ ਸੀ ਆਰ ਨੇ ਕਿਹਾ ਕਿ ਰਾਜਾਂ ਨੂੰ ਦੱਸਣ ਦੀ ਬਜਾਏ ਕੇਂਦਰ ਟੈਕਸ ਕਿਉਂ ਨਹੀਂ ਘਟਾਉਂਦਾ ਤੇ ਉਧਰ ਪੱਛੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਨੇ ਪਿਛਲੇ 3 ਸਾਲਾਂ ਚ ਪੈਟਰੋਲ ਤੇ ਡੀਜ਼ਲ ਤੇ ਸਬਸਿਡੀ ਦੇਣ ਚ 1500 ਕਰੋੜ ਰੁਪਏ ਖਰਚ ਕੀਤੇ ਹਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਤਰ੍ਹਾਂ ਇੱਕ ਪਾਸੜ ਅਤੇ ਗਮਰਾਹ ਕਰਨ ਭਾषण ਦਿੱਤਾ ਹੈ। ਜਹਾਂਗੀਰਪੂਰੀ ਹਿੰਸਾ ਮਾਮਲੇ 'ਚ ਦੋ ਹੋਰ ਗ੍ਰਿਫਤਾਰੀਆਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 16 ਅਪ੍ਰੈਲ ਨੂੰ ਜਹਾਂਗੀਰਪੂਰੀ ਕੁਸ਼ਲ ਚੌਂਕ ਤੇ ਹੋਈ ਹਿੰਸਾ ਦੇ ਦੋਸ਼ 'ਚ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਮੁਲਜ਼ਮ ਰਿਸ਼ਤੇਦਾਰੀ ਵਿੱਚ ਭਰਾ ਹਨ ਦੋਹਾਂ ਤੇ ਪੀੜਤ ਚ ਸ਼ਾਮਲ ਹੋ ਕੇ ਹਿੰਸਾ ਕਰਨ ਦਾ ਦੋਸ਼ ਹੈ ਮੁਲਜ਼ਮਾਂ ਦੇ ਨਾਮ জাফর ਅਤੇ ਬਾਬੂਦੀਨ ਹਨ ਹੁਣ ਖਬਰਾਂ ਸਾਹਮਣੇ ਆਇਆ ਕਿ ਪੁਲਿਸ ਨੇ 28 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਿਸ ਦੇ ਵਿੱਚੋਂ ਤਿੰਨ ਹੋਰ ਨਾਬਾਲਗਾਂ ਨੂੰ ਬਾਸਦਾਰ ਘਰ ਭੇਜਿਆ ਹੈ ਇਹ ਦੋਵੇਂ ਦੋਸ਼ੀ ਹਿੰਸਾ ਦੇ ਮੁੱਖ ਦੋਸ਼ੀ ਮੁਹੰਮਦ ਅਨਸਾਰ ਨੂੰ ਜਾਣਦੇ ਹਨ ਉਹਨਾਂ ਤੇ ਹਿੰਸਾ ਵਾਲੇ ਦਿਨ ਜਲੂਸ ਵਿੱਚ ਸ਼ਾਮਲ ਲੋਕਾਂ ਤੇ ਕੰਚ ਦੀਆਂ ਬੋਤਲਾਂ ਨਾਲ ਹਮਲਾ ਕਰਨ ਦਾ ਦੋਸ਼ ਹੈ ਇਹ ਲੋਕ ਤਲਵਾਰਾਂ ਲਹਿਰਾ ਰਹੇ ਸਨ ਫਿਲਹਾਲ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿੱਚ ਅਨਸਾਰ ਸਮੇਤ 9 ਦੋਸ਼ੀ ਹਨ ਜਿਨ੍ਹਾਂ ਤੋਂ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਦੋਸ਼ੀਆਂ ਦਾ ਪਤਾ ਲਗਾ ਰਹੀ ਹੈ ਪੀਐਮ ਮੋਦੀ ਅੱਜ ਅਸਾਮ ਦੌਰੇ ਤੇ ਜਿੱਥੇ ਉਹ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੰਦੇ ਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜੇ ਕਾਰਬੀ ਅਗਲੌਰ ਜ਼ਿਲ੍ਹੇ ਦੇ ਡਿੰਪੂ ਵਿਸ਼ਾ ਸ਼ਾਂਤੀ ਏਕਤਾ ਅਤੇ ਵਿਕਾਸ ਰੈਲੀ ਨੂੰ ਸੰਬੋਧਨ ਕੀਤਾ ਹੁਣ ਗੱਲ ਕਰਾਂਗੇ ਕੁਮਾਂਤਰੀ ਪੱਦਰ ਦੀਆਂ ਖਬਰਾਂ ਦੀ ਪੁੱਤ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ ਦੁਨੀਆ ਤੇ ਪਰਮਾਣੂ ਹਮਲੇ ਦਾ ਸੰਕਟ ਡੂੰਗਾ ਹੁੰਦਾ ਜਾ ਰਿਹਾ ਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ ਪੁਤਿਨ ਨੇ ਇੰਟਰਕੋਟੀਨੇਟਰ ਬੈਲਸਿਕ ਮਜ਼ਾਇਲ ਸਰਮਤ ਦਾ ਜ਼ਿਕਰ ਕਰ ਰਹੇ ਸਨ ਬੁੱਧਵਾਰ ਨੂੰ ਸੈਂਟ ਪੀਟਰਸਬਰਗ ਵਿੱਚ ਰੂਸੀ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪੁਤਿਨ ਨੇ ਕਿਹਾ ਜੇਕਰ ਕੋਈ ਬਾਰੀ ਯੂਕਰੇਨ ਵਿੱਚ ਹੋ ਰਹੀਆਂ ਘਟਨਾਵਾਂ ਵਿੱਚ ਦਖਲ ਦੇਣ ਦਾ ਇਰਾਦਾ ਰੱਖਦਾ ਹੈ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੂਸ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਅਸੀਂ ਰੂਸ ਨੂੰ ਧਮਕੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਿਜਲੀ ਦੀ ਤੇਜ਼ ਅਤੇ ਘਾਤਕ ਢੰਗ ਦੇ ਨਾਲ ਜਵਾਬ ਦੇਵਾਂਗੇ ਰੂਸ ਤੇ ਯੂਕਰੇਨ ਦਾ ਯੁੱਧ ਅਪਡੇਟ ਕੈਨੇਡੀਅਨ ਪਾਰਲੀਮੈਂਟ ਨੇ ਯੂਕਰੇਨ ਵਿੱਚ ਰੂਸ ਦੇ ਖਿਲਾਫ ਐਕਟ ਆਫ ਜੈਨੋਸਾਈਡ engaged ukrainian people ਨਾਮ ਦਾ ਪ੍ਰਸਤਾਵ ਰੱਖਿਆ ਬਰਟੇਨ ਦੇ ਵਿਦੇਸ਼ ਮੰਤਰੀ ਲਿਜ਼ਟਾਸ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਜੁੱਧ 10 ਸਾਲ ਹੋਰ ਜਾਰੀ ਰਹਿ ਸਕਦਾ ਹੈ ਕੈਨੇਡੀਅਨ ਸੰਸਦ ਮੈਂਬਰਾਂ ਨੇ ਯੂਕਰੇਨ ਵਿੱਚ ਰੂਸ ਦੇ ਹਮਲੇ ਨੂੰ ਨਸਲ ਕੁਸ਼ੀ ਵੱਜੋਂ ਲੇਬਲ ਕਰਨ ਲਈ ਵੋਟ ਦਿੱਤੀ ਬਲਿਊਬਰਗ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਨੇ ਯੂਕਰੇਨ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਕੁਝ پابندੀਆਂ ਹਟਾ ਦਿੱਤੀਆਂ ਹਨ ਸੂਮੀ ਦੇ ਗਵਰਨਰ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਪਿਛਲੇ ਅੱਧੇ ਘੰਟੇ ਵਿੱਚ ਸ਼ਹਿਰ ਉੱਤੇ 50 ਤੋਂ ਵੱਧ ਹਮਲੇ ਕੀਤੇ ਹਨ ਖਬਰ ਲਿਖੇ ਜਾਣ ਤੱਕ ਯੂਕਰੇਨ ਦੇ ਜਰਨਲ ਸਟਾਫ ਦਾ ਕਹਿਣਾ ਹੈ ਕਿ ਰੂਸ ਭਾਰੀ ਗੋਲਾਬਾਰੀ ਦੇ ਬਾਵਜੂਦ ਪੂਰਬ ਵਿੱਚ ਯੂਕਰੇਨ ਦੀ ਰੱਖਿਆ ਦੀ ਉਲੰਘਣਾ ਕਰਨ ਵਿੱਚ ਅਸਫਲ ਰਿਹਾ ਹੈ ਮੈਕਸੀਕੋ ਵਿੱਚ ਗੋਲੀਬਾਰੀ ਮੈਕਸੀਕੋ ਦੇ ਹਿਡਾਲੋ ਸੂਬੇ ਦੇ ਤੁਲਾ ਸ਼ਹਿਰ ਦੇ ਕਰੂਜ਼ ਉਜ਼ਲ ਸੀਮੈਂਟ ਪਲਾਂਟ ਵਿੱਚ ਗੋਲੀਬਾਰੀ ਹੋਈ ਹੈ ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਸ਼ਹਿਰ ਦੇ ਗਵਰਨਰ ਉਮਰ ਫੈਦ ਮੈਂਸਿਸ ਨੇ ਕਿਹਾ ਹੈ ਕਿ ਬੁੱਧਵਾਰ ਤੜਕੇ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਪਲਾਂਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਇੱਥੇ ਕੰਮ ਕਰਦੇ ਮਜ਼ਦੂਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਗੋਲੀਬਾਰੀ ਸ਼ੁਰੂ ਹੋ ਗਈ ਸੀ ਏਸੀ ਦਿਨ ਭਰ ਦੀਆਂ ਪੰਜਾਬ ਤੇ ਉਸ ਤੋਂ ਬਾਅਦ ਰਾਸ਼ਟਰੀ ਤੇ ਉਸ ਤੋਂ ਬਾਅਦ ਕੋ ਮੰਤਰੀ ਪਦਰ ਦੀਆਂ ਖਬਰਾਂ 淡了吧。